ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਹ ਤਾਂ ਪਹਿਲਾਂ ਦੇਖੋ ਕੱਟੀ, ਇਹ ਘੱਟੋ ਘੱਟ 2.5 ਸਾਲਾਂ ਦੀ ਹੋ ਗਈ ਹੈ, 2 ਸਾਲ ਦੇ ਲਾਗੇ 2 ਸਾਲ ਹੀ ਹੋ ਗਏ ਇਹਨੂੰ। ਜਿਹੜੀ ਮੱਝ ਦੀ ਕੱਟੀ ਹੈ, ਜਿਹਦੀ ਆਪਾਂ ਗੱਲ ਲੱਗੇ ਮੱਝ ਦੀ ਕਰਨ, ਅਤੇ ਪਿੰਡ ਆਪਣਾ ਢਲਵਾਂ ਅਤੇ ਜ਼ਿਲ੍ਹਾ ਗੁਰਦਾਸਪੁਰ, ਠੀਕ ਹੈ ਨਾ। ਆਪਣੇ ਪਿੰਡ ਦਾ ਹੀ ਕੇਸ ਹੈ ਵੀਰ ਜੀ ਆਪਣੇ, ਠੀਕ ਹੈ। ਅਤੇ ਪਿੰਡ ਦੀ ਪਹਿਲੀ ਗੱਲ ਹੈ, ਮੇਰੇ ਪਿੰਡ 'ਚ ਰਿਪੀਟਰ ਹੈ ਨਹੀਂ ਨੇ ਕੋਈ ਵੀ ਰਿਪੀਟਰ, ਅਤੇ ਜਿਹੜੀਆਂ 1-2 ਰਿਪੀਟਰਾਂ ਉਹ ਮੈਂ ਕੱਢਤੀਆਂ ਨੇ। ਬਾਕੀ ਜਿੱਥੇ ਪਤਾ ਕਿ ਢਲੋਂ ਸਾਹਿਬ ਲੱਗ ਗਏ ਨੇ, ਰਿਪੀਟਰਾਂ ਦੂਰ ਹੀ ਰਹਿੰਦੀਆਂ ਨੇ ਹੁਣ ਅੱਜ ਕੱਲ੍ਹ। ਅਤੇ ਇਹ ਕੱਟੀ ਆ 2 ਸਾਲ ਦੀ, ਅਤੇ ਇਹ ਜਿਹੜੀ ਮੱਝ ਹੈ 3 ਮਹੀਨੇ ਦੀ ਗੱਭਣ, ਆਪਾਂ ਇਹ ਰਿਪੀਟਰ ਹੀ 2 ਸਾਲਾਂ ਤੋਂ ਮੱਝ ਆ ਜਿਹੜੀ, ਇਹ ਮੱਝ ਜਿਹੜੀ 2 ਸਾਲਾਂ ਤੋਂ ਰਿਪੀਟਰ ਹੀ, ਤਾਂ 3 ਮਹੀਨਿਆਂ ਦੀ ਗੱਭਣ ਜਾਣ ਡੀ ਹੁਣ ਇਹ ਵਕਤ। ਅਤੇ ਚਲੋ ਦਵਾਈ ਦਵੂਈ ਕੀਤੀ, ਇਹਨੂੰ ਪਾਊਡਰ ਪਾਊਡਰ ਆਪਾਂ ਖਵਾਲਿਆ ਸੀ, ਅਤੇ ਕਾਫੀ ਮਤਲਬ ਹੈ ਨਾ 2 ਸਾਲ ਹੀ ਹੋ ਗਏ ਸੀ ਜ਼ੋਰ ਜ਼ਾਰ ਲਾਉਂਦਿਆਂ ਨੂੰ, ਅਤੇ ਹੈ ਨਾ। ਅਤੇ ਅੱਜ ਇਹ ਗੱਭਣ ਆ, ਮਤਲਬ ਕਿਰਪਾ ਹੋ ਗਈ ਉਹਦੀ ਗੁਰੂ ਰਾਮਦਾਸ ਦੀ। ਅਤੇ ਕੱਟੀ ਵੀ ਤੁਸੀਂ ਦੇਖ ਲਈ ਕਿੱਡੀ ਕੱਟੀ ਹੋ ਗਈ ਹੈ, ਅਤੇ ਕਿੰਨੇ ਚਿਰਾਂ ਬਾਅਦ ਮਤਲਬ ਇਹ ਹੁਣ ਗੱਭਣ ਨਿਕਲੀ ਆ, ਹੈ ਨਾ। ਅਤੇ ਬਾਕੀ ਭਰਾ ਨਾਲ ਵੀ ਗੱਲ ਕਰਾਂਗੇ ਜਿਹਦੀ ਆਪਣੀ ਮੱਝ ਆ, ਅਤੇ ਤੁਹਾਨੂੰ ਉਹ ਵੀ ਦੱਸੂਗਾ ਕਿੰਨਾ ਚਿਰ ਹੋ ਗਿਆ ਉਹਨੂੰ, ਹੈ ਨਾ। ਕਰਦੇ ਹਾਂ ਗੱਲਬਾਤ, ਆ ਜਾਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇਹ ਆਪਣਾ, ਸਤਿ ਸ਼੍ਰੀ ਅਕਾਲ ਵੀਰ ਜੀ, ਇਹ ਆਪਣਾ ਭਰਾ ਵਾ ਜਿਹਦੀ ਇਹ ਮੱਝ ਹੀ ਮਤਲਬ 2 ਸਾਲ ਤੋਂ ਮਤਲਬ ਰਿਪੀਟਰ ਚੱਲਣ ਡੀ ਸੀ, ਅਤੇ ਕਾਫੀ ਵਾਰੀ ਮੱਝ ਨੇ ਖਰਾਬ ਕੀਤਾ ਇਹਨੇ। ਕਿਉਂ ਵੀਰ ਜੀ, 2 ਸਾਲ ਹੋ ਗਿਆ ਨਾ ਇਹਨੂੰ? ਪੂਰੇ 2 ਸਾਲ ਹੋ ਗਏ ਜੀ, ਪੂਰੇ 2 ਸਾਲ ਇਹਨੂੰ ਖਰਾਬ ਕਰਦੀ ਨੂੰ। ਹਾਂ, ਅਤੇ ਕਿੰਨੀ ਵਾਰੀ ਲੈ ਵੀ ਹੁਣ ਤੱਕ, ਘੱਟੋ ਘੱਟ 7-8 ਵਾਰੀ, ਚਲੋ ਕੋਈ ਅੰਦਾਜ਼ਾ ਦੱਸਦੇ ਆ ਕਿ ਕੋਈ 8-10 ਵਾਰੀ ਬਣੀ ਹੋਊਗੀ, ਹੈ ਨਾ। ਹਾਂ, ਇੰਨੀ ਵਾਰੀ ਬਣ ਗਈ ਆ, ਮਾਲੀ ਕੋਲੋਂ ਕਰਾਈ ਪਰ ਨਹੀਂ ਖਲੋਂਦੀ। ਹਾਂ, ਤੇ ਕਾਫੀ ਜ਼ੋਰ ਜ਼ਾਰ ਲਾਇਆ, ਤੇ ਹੁਣ ਚਲੋ ਦਵਾਈ ਦਵੀ ਕੀਤੀ, ਪਾਊਡਰ ਪਾਊਡਰ ਖਵਾ ਲਿਆ, ਤੇ ਅੱਜ 3 ਮਹੀਨੇ ਦੀ ਗੱਭਣ ਜਾਣ ਡੀ ਮੱਝ, ਹੈ ਨਾ ਵੀਰ ਜੀ, ਠੀਕ ਹੈ ਨਾ। ਹੁਣ ਖੁਸ਼ ਆ, ਮਤਲਬ ਕਿ ਕਿੰਨੇ ਚਿਰਾਂ ਬਾਅਦ ਆਪਣਾ ਜਾਨਵਰ, ਹੈ ਨਾ, ਗੱਭਣ ਹੋਇਆ ਵਾ। ਤੇ ਪੈਸਾ ਪੂਸਿਆਂ ਵੱਲੋਂ ਵੀ ਦੱਸ ਦਿਓ ਕਿ ਸਾਡੀ ਫੀਸ ਫੂਸ ਵੇਖੋ, ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਵੇਂ ਆ। ਕੋਈ ਹੈ ਨਾ ਸੇਵਾ ਵੀ ਹੁੰਦੀ ਹੈ ਕਈ ਵਾਰੀ, ਤੇ ਨਾਲ ਖੜਨਾ ਵੀ ਪੈਂਦਾ ਦੁਖੀ ਬੰਦੇ ਦੇ, ਹੈ ਨਾ। ਬਿਲਕੁਲ, ਤੇ ਕੋਈ ਪੈਸਿਆਂ ਪੂਸਿਆਂ ਵੱਲੋਂ ਆਪਣੀ ਕੋਈ ਜ਼ਿਆਦਾ ਗੱਲਬਾਤ ਨਹੀਂ, ਹੈ ਨਾ, ਕਿ ਕਿੱਦਾਂ ਕਿਵੇਂ ਆ। ਫੀਸਾਂ ਫੂਸਾਂ ਤੋਂ ਕਈ ਵਾਰੀ ਕਹਿ ਜਾਂਦੇ ਲੋਕ ਜਾਂ ਕਿੱਦਾਂ, ਹੈ ਨਾ। ਤੇ ਬਾਕੀ ਇਹ ਆਪਣੇ ਭਰਾ ਕੋ ਸੁਣੋ, 2 ਸਾਲ ਦੇ ਲਾਗੇ ਚਾਗੇ ਰਿਪੀਟਰ ਸੀ, ਮੈਂ ਮਾੜਾ ਜੀ ਚਲੋ ਬਿਆਨ ਹੀ ਲੈਣਾ ਸੀ ਭਰਾ ਦਾ, ਤੇ ਤੁਹਾਨੂੰ ਦੱਸ ਦੇ ਕਿੰਨੇ ਚਿਰ ਦੀ ਮਤਲਬ, ਹੈ ਨਾ, ਖਰਾਬ ਕਰਨ ਡੀ ਇਹ ਵਾਲੀ। ਅਤੇ ਬਾਕੀ ਹੋਰ ਕੀ ਕਹਿਣਾ ਚਾਹੁੰਦੇ ਭਰਾ ਬਾਰੇ, ਕੋਈ 2-4 ਗੱਲਾਂ? ਕਈ ਮਾੜਾ ਬੋਲ ਜਾਂਦੇ ਨੇ, ਕਈ ਕਿੱਦਾਂ ਕਿਵੇਂ, ਹੈ ਨਾ, ਕਈ ਕਹਿੰਦੇ ਐਵੇਂ ਆ ਜਾਂ ਉੱਦਾਂ ਵਾ, ਫੇਕ ਆ ਸਾਰਾ ਕੁਝ ਜਾਂ ਉਹ ਆ, ਉਹਨਾਂ ਬਾਰੇ ਕਿੱਦਾਂ? ਨਹੀਂ ਵੀਰ ਜੀ, ਵੇਖੋ ਇਹ ਤਾਂ ਸਬੂਤ ਸਾਹਮਣੇ ਹੀ ਆ, ਮਈ ਵੀ ਆ ਅਤੇ ਕੱਟੀ ਵੀ ਇਹਦੀ ਸਬੂਤ ਸਾਹਮਣੇ ਹੀ ਆ, ਅਤੇ ਇਹਦੇ 'ਚ ਫੇਕ ਤਾਂ ਕੁਝ ਹੈ ਨਹੀਂ ਆ, ਇਹ ਰਿਆਲਿਟੀ ਆ ਵੀਰ ਜੀ। ਮਿਹਨਤ ਕੀਤੀ ਆ, ਮਿਹਨਤ ਅੱਗੇ ਆ ਰਹੀ ਆ, ਬਾਕੀ ਕੋਈ ਫੇਕ ਫੂਕ ਨਹੀਂ ਆ, ਜੋ ਵੀ ਆ ਰਿਆਲਿਟੀ ਆ ਬਿਲਕੁਲ। ਤੁਸੀਂ ਮਿਲ ਸਕਦੇ ਹੋ ਇਹਨਾਂ ਨੂੰ, ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜਿਨ੍ਹਾਂ ਦੇ ਜਾਨਵਰ ਨੇ, ਅਤੇ ਜੇ ਆਪਾਂ ਕੰਮ ਕਰਦੇ ਪਏ ਹਾਂ, ਮਿਹਨਤ ਕਰਦੇ ਪਏ ਹਾਂ, ਕੋਈ ਨਾ ਕੋਈ ਹੁਨਰ ਹੈਗਾ ਵਾ, ਤਾਂ ਹੀ ਆ ਤੁਹਾਡੇ ਸਾਹਮਣੇ, ਤਾਂ ਹੀ ਫਾਰਮਰਾਂ ਨੂੰ ਪੇਸ਼ ਕਰੀਦਾ ਵਾ। ਅਤੇ ਇਹਦੇ ਵਿੱਚ ਫੇਕ ਵਾਲੀ ਕਿਹੜੀ ਗੱਲ ਆ, ਲਾਈਵ ਵੀਡੀਓ ਬਣਾਈ ਦੀ ਆ, ਸਾਰੀ ਸ਼੍ਰੇਆਮ ਸਿੱਧੀ ਗੱਲਬਾਤ ਕਰੀ ਦੀ ਆ, ਅਤੇ ਕੋਈ ਫੇਕ ਵਾਲੀ ਗੱਲ ਨਹੀਂ ਨਾ ਵੀਰ ਜੀ, ਕੋਈ ਪੈਸੇ ਦਾ ਚੱਕਰ ਨਹੀਂ ਕੋਈ, ਨਾ ਨਾ ਲਫਾਫਾ ਵੀ ਅਜੇ ਇੱਥੇ ਪਿਆ ਜਿਹਦਾ ਮੈਂ ਕੀਤੀ ਚੈੱਕ ਆਪਾਂ। ਹਾਂਜੀ ਹਾਂਜੀ ਹਾਂਜੀ। ਅਤੇ ਬਾਕੀ ਕਈ ਮਨਪ੍ਰੀਤ ਵੀਰ ਮੈਨੂੰ ਹੁਣ, ਕਈ ਵੇਖੋ ਆਪਾਂ ਮਿਹਨਤ ਕਰਨ ਡੇ, ਆਪਾਂ ਚੰਗਾ ਕਰਨ ਡੇ, ਤੇ ਕਈ ਵੀਰ ਮਾੜਾ ਬੋਲ ਜਾਂਦੇ ਆਪਾਂ ਨੂੰ, ਹੈ ਨਾ, ਉਹਨਾਂ ਦਾ ਕਿੱਦਾਂ? ਜਿਸ ਤਰ੍ਹਾਂ ਕਈ ਕਹਿੰਦੇ ਆ ਕਿ ਮਤਲਬ ਫੁਕਰੀ ਆ ਜਾਂ ਉਹ ਆ ਇਹ ਵਾ, ਹੈ ਨਾ, ਸ਼ੋਰਟ ਸ਼ਾਟ ਵੇਖ ਕੇ ਐਵੇਂ ਮਤਲਬ ਮਾੜਾ ਕਮੈਂਟ ਕਰ ਜਾਂਦੇ ਨੇ। ਨਹੀਂ, ਗਲਤ ਗੱਲ ਵੀਰ ਜੀ, ਉਹਨਾਂ ਵਾਸਤੇ ਵੇਖੋ, ਹਰ ਇੱਕ ਨੇ ਆਪੋ ਆਪਣੀ ਕਰਨੀ ਮਿਹਨਤ, ਹਰ ਇੱਕ ਨੇ ਆਪੋ ਆਪਣਾ ਖਾਣਾ, ਹੈ ਕਿ ਨਹੀਂ? ਹਾਂ, ਸਹੀ ਗੱਲ ਹੈ, ਅਤੇ ਗਲਤ ਨਹੀਂ ਬੋਲਣਾ ਚਾਹੀਦਾ, ਹਰ ਕੋਈ ਬੰਦਾ ਆਪਣੀ ਮਿਹਨਤ ਕਰਦਾ ਅਤੇ ਆਪਣਾ ਰੋਟੀ ਵਾਸਤੇ ਭੱਜਾ ਕਰਦਾ। ਸਹੀ ਗੱਲ ਹੈ ਜੀ, ਸਹੀ ਗੱਲ, ਗਲਤ ਗੱਲ ਉਹਨਾਂ ਵਾਸਤੇ ਨਾ, ਤੈਨੂੰ ਮਾੜਾ ਬੋਲ। ਅਤੇ ਬਾਕੀ ਇਹ ਸੀ ਆਪਣਾ ਭਰਾ, ਅਤੇ ਜਿਹਨਾਂ ਤੁਹਾਡੀ ਗੱਲਬਾਤ ਕਰਾਈ ਮਾੜੀ ਜੀ, ਹੈ ਨਾ, ਇਹ ਕਰਕੇ ਮੇਰੇ ਭਰਾਵੋ ਮਤਲਬ 2-2 ਸਾਲ ਤੋਂ ਤੰਗ ਹੁੰਦੇ ਆ ਫਾਰਮਰ ਭਰਾ ਸਾਰੇ,
ਇੱਕ ਛੋਟੀ ਜਿਹੀ ਵੀਡੀਓ ਮੈਂ ਜ਼ਿਆਦਾ ਲੰਮੀ ਨਹੀਂ ਕਰਨੀ, ਨਾ ਮੈਂ ਲਮਕਾਉਣਾ ਚਾਹੁੰਦਾ, ਨਾ ਮੈਨੂੰ ਮਸਾਲੇ ਲਾਉਣ ਦੀ ਲੋੜ ਆ, ਅਤੇ ਨਾ ਆਪਾਂ ਨੂੰ ਮਤਲਬ ਕਿਸ ਚੀਜ਼ ਦੀ ਮਸ਼ਹੂਰੀ ਕਰਨ ਦੀ ਲੋੜ ਆ, ਅਤੇ ਨਾ ਆਪਾਂ ਨੂੰ ਜਿਹੜੀ ਗੱਲ ਆ ਹੈ ਨਾ ਮਸ਼ਹੂਰੀ ਕਰਨੀ, ਤਾਂ ਆਪਾਂ ਉਹ ਉੱਪਰ ਵਾਲੇ ਦੀ ਕਰਨੀ ਜਿਹਨੇ ਕਿਰਪਾ ਕਰਦਾ ਜਿਹੜਾ ਕਰਦਾ ਕਰਾਉਂਦਾ, ਸਹੀ ਹੈ ਜੀ, ਮਸ਼ਹੂਰੀ ਉਹਦੀ ਕਰਨੀ ਆਪਾਂ, ਕਿਉਂਕਿ ਉਹਦੇ ਹੁਕਮ ਨਾ ਹੁੰਦਾ ਸਾਰਾ ਕੁਝ। ਜੇ ਮਤਲਬ 80-100 'ਚੋਂ 80 ਬਖਸ਼ੀਆਂ ਨੇ, ਉਹਨਾਂ 80ਆਂ ਦੇ ਵਿੱਚੋਂ ਆਏ, ਅਤੇ 20 ਇੱਦਾਂ ਦੀਆਂ ਜਿਨ੍ਹਾਂ ਦਾ ਕੁਝ ਹੁੰਦਾ ਹੀ ਨਹੀਂ ਆ, ਜਿਨ੍ਹਾਂ ਨੂੰ ਆਪਾਂ ਪਾਊਡਰ ਵੀ ਖਿਲਾ ਦਿੰਦੇ ਹਾਂ ਮਿਨਰਲ, ਹੈ ਨਾ, ਅਤੇ ਦਵਾਈ ਵੀ ਚੰਗੀ ਭਰ ਦਿੰਦੇ ਹਾਂ, ਤਾਂ ਵੀ ਉਹ ਮਤਲਬ ਨਹੀਂ ਗੱਭਣ ਠਹਿਰਦੀਆਂ, ਤਾਂ ਉਹਦਾ ਹੁਕਮ ਹੀ ਆ ਨਾ, ਫਿਰ ਹੀ ਆ ਨਾ, ਮਤਲਬ ਵੀਆਂ ਉਹਨਾਂ ਦਾ ਵੀਆਂ ਦਾ ਹੁਕਮ ਹੀ ਨਹੀਂ, ਕੁਝ ਵੀ ਨਹੀਂ ਹੋ ਸਕਦਾ ਉਹਨਾਂ ਦਾ, ਇੱਦਾਂ ਦੇ ਜਾਨਵਰ ਵੀ ਸਾਹਮਣੇ ਆਉਂਦੇ ਨੇ। ਅਤੇ ਜੋ ਰਿਆਲਿਟੀ ਆ ਵੀਰ ਜੀ, ਤੁਹਾਡੀ ਭਰਾ ਨਾਲ ਗੱਲਬਾਤ ਕਰਾਈ ਆ, ਕਿਉਂਕਿ ਆਪਣੇ ਪਿੰਡ ਦਾ ਹੀ ਕੇਸ ਸੀ ਇਹ ਵੀ, ਅਤੇ ਮੇਰੇ ਪਿੰਡ 'ਚ ਇੱਕ ਦੋ ਰਿਪੀਟਰ ਹੀ ਜਿਨ੍ਹਾਂ ਦੀਆਂ ਮੈਂ ਵੀਡੀਓ ਤਿਆਰ ਕਰ ਚੁੱਕਾ ਵਾਂ, ਅਤੇ ਬਾਕੀ ਦੂਰੋਂ ਦੂਰੋਂ ਆਪਣੇ ਫਾਰਮਰ ਭਰਾਵਾਂ ਦੀਆਂ ਵੀ ਵੀਡੀਓ ਹੁੰਦੀਆਂ ਨੇ, ਅਤੇ ਇੱਕ ਵੀਡੀਓ ਹੋਰ ਆਪਣੇ ਫਾਰਮਰ ਭਰਾ ਦੀ ਆਈ ਆ ਮਕੇਰੀਆਂ ਵਾਲੀ ਸਾਈਡ ਤੋਂ। ਵੇਖੋ ਤਰੀਕਿਆਂ 'ਚ ਕਿੰਨੀ ਤਾਕਤ ਹੋ ਗਈ, ਉਹਨੀ ਉਹਦੀ ਕਿੰਨੀ ਬਖਸ਼ਿਸ਼ ਹੋ ਗਈ, ਉਹਦੀ ਕਿੰਨੀ ਕਿਰਪਾ ਹੋ ਗਈ, ਕਿ ਜਿਹੜੀ ਫੋਨ 'ਤੇ ਤਰੀਕਿਆਂ 'ਤੇ ਡੰਗਰ ਕੱਢਣ ਹੋ ਗਏ ਆ, ਹੈ ਨਾ, ਮੇਰੇ ਤਰੀਕਿਆਂ ਨਾਲ ਚੱਲੇ ਨੇ, ਮੇਰੇ ਕਹਿਣਾ ਮੰਨ ਕੇ ਚੱਲੇ ਨੇ, ਹੈ ਨਾ ਭਰਾ ਸਾਡੇ, ਅਤੇ ਮਕੇਰੀਆਂ ਵਾਲੀ ਸਾਈਡ ਦੀ ਆ, ਹੋ ਸਕਦਾ ਵੀਡੀਓ ਅੱਜ ਨਹੀਂ ਕੱਲ੍ਹ ਮੈਂ ਅਪਲੋਡ ਕਰਾਂ, ਅਤੇ ਸੁਣ ਲਿਓ ਵੀਰ ਭਰਾ ਦੀ ਆਪਣੀ ਗੱਲਬਾਤ। ਵੀਰੋ ਨਾਲ ਖੜਨ ਡੇ ਆਪਾਂ, ਜੇ ਦੁੱਖ ਦੇ ਨਾਲ ਖੜੀਦਾ ਯਾਰ, ਲੋਕਾਂ ਦਾ ਦੁੱਖ ਸਮਝੀਦਾ ਵਾ, ਠੀਕ ਹੈ ਨਾ। ਇਹ ਨਾ ਸ਼ੋਟ ਵੇਖ ਕੇ, ਸ਼ੋਟ ਮੇਰਾ ਸ਼ੌਂਕ ਆ, ਉਹ ਮੇਰਾ ਸ਼ੌਂਕ ਆ ਵੀਡੀਓ ਪਾਉਣ ਦਾ, ਮੈਂ ਤਾਂ ਕਰਕੇ ਪਾਉਂਦਾ ਵਾਂ। ਦੂਜੇ ਬੰਨੇ ਤੁਹਾਨੂੰ ਰਿਜ਼ਲਟ ਵੀ ਦਿਖਾ ਦਈ ਦੇ ਆਪਣੇ ਰਿਪੀਟਰਾਂ ਦੇ, ਕਿਹੜੇ ਕਿਹੜੇ ਤਗੜੇ ਰਿਜ਼ਲਟ ਨੇ, 2-2 ਸਾਲ ਤੋਂ ਭੈਣ ਜੋ ਕਿੰਨੀ ਕਿੰਨੀ ਵਾਰੀ ਜਾਨਵਰ ਗੱਭਣ ਹੋ ਜਾਂਦੇ ਨੇ, ਕਿੰਨਾ ਟਾਈਮ ਖਰਾਬ ਹੁੰਦਾ, ਕਿੰਨਾ ਖਰਚਾ ਆ ਜਾਂਦਾ, ਠੀਕ ਹੈ ਜੀ। ਅਤੇ ਬਾਕੀ ਲਾਈਕ ਸ਼ੇਅਰ ਸਪੋਰਟ ਜ਼ਰੂਰ ਕਰਿਆ ਕਰੋ, ਤਾਂ ਆਉਣ ਵਾਲੇ ਦਿਨਾਂ 'ਚ ਆਪਣੇ ਡੰਗਰ ਚੈੱਕ ਹੋਣ ਵਾਲੇ ਨੇ, ਹੋਰ ਜੂੰ ਜੂੰ ਆਪਣਾ ਟਾਈਮ ਹੁੰਦਾ ਤਾਂ ਮੈਂ ਵੀਡੀਓ ਲਈ ਆਉਂਦਾ ਰਿਹਾ, ਠੀਕ ਹੈ ਜੀ। ਅਤੇ ਗੱਲਬਾਤ ਤੁਹਾਡੀ ਕਰਾਉਂਦੇ ਰਿਹਾ ਕਰਾਂਗੇ ਫਾਰਮਰ ਭਰਾਵਾਂ ਨਾਲ, ਅਤੇ ਤੁਹਾਡਾ ਕੰਮ ਆ ਸੱਚ ਦੀ ਸਪੋਰਟ ਕਰਨਾ, ਜਿਹੜਾ ਮਿਹਨਤ ਕਰਦਾ ਸਹੀ ਕਰਕੇ ਦਿਖਾਉਂਦਾ, ਕਿਉਂਕਿ ਵੇਖੋ ਫਿਰ ਗੱਲ ਹੋ ਕੇ ਮਸ਼ਹੂਰੀ ਨਹੀਂ ਕਿਸ ਚੀਜ਼ ਦੀ ਵੀ, ਅਤੇ ਨਾ ਮੈਂ ਕਰਨੀ ਆ, ਅਤੇ ਨਾ ਇਹ ਤਾਂ ਹੀਲੇ ਵਸੀਲਿਆਂ ਦੀ ਮੈਂ ਕੋਈ ਮਸ਼ਹੂਰੀ ਨਹੀਂ ਕਰਦਾ, ਠੀਕ ਹੈ ਜੀ। ਅਤੇ ਬਾਕੀ ਉਹਦੇ ਜਦੋਂ ਡੰਗਰ ਗੱਭਣ ਹੋਣਾ ਤਾਂ ਉਹਦੇ ਹੁਕਮ ਨਾਲ ਹੀ ਗੱਭਣ ਹੋਣਾ, ਜੇ ਉੱਦਾਂ ਬੰਦਾ ਕੁਝ ਨਹੀਂ ਜੇ ਕਰ ਸਕਦਾ, ਜੋ ਮਰਜ਼ੀ ਕੋਈ ਕਿਸੇ ਪਾਊਡਰ ਦੀ ਮਸ਼ਹੂਰੀ ਕਰੀ ਜਾਵੇ, ਜੋ ਮਰਜ਼ੀ ਕੋਈ ਕਰੀ ਜਾਵੇ, ਠੀਕ ਹੈ ਨਾ ਵੀਰੋ। ਅਤੇ ਜਦੋਂ ਉਹਦੀ ਕਿਰਪਾ ਹੋਈ ਤਾਂ ਜਾਨਵਰ ਫਿਰ ਹੀ ਗੱਭਣ ਹੋਣਾ ਆਪਣਾ, ਅਤੇ ਇਹ ਉਹਨਾਂ ਜਾਨਵਰਾਂ ਦੇ ਵਿੱਚੋਂ ਹੀ ਮਤਲਬ ਕਿ 2-2 ਸਾਲ ਤੋਂ ਰਿਪੀਟਰ ਜਿਹੜੀਆਂ ਸੀ ਉਹ ਜਾਨਵਰ ਆ। ਬਾਕੀ ਸਪੋਰਟ ਕਰੋ, ਸ਼ੇਅਰ ਕਰੋ, ਲਾਈਕ ਕਰੋ, ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ।